ਦਾ ਮਾਸ਼ਾਅੱਲਾ ਜੀ ਹੈਂਡ ਪੰਪ ਯਾਨੀ ਕਿ ਨਲਕਾ ਜਿਹਨੂੰ ਅਸੀਂ ਕਹਿੰਦੇ ਹਾਂ ਆਪਣੀ ਮਕਾਮੀ ਜ਼ਬਾਨ ਦੇ ਵਿੱਚ, ਇਸ ਤੋਂ ਗੇੜ ਕੇ ਯਾਰ ਸਾਰੇ ਜਾਨਵਰਾਂ ਨੂੰ ਪਾਣੀ ਪਿਲਾਉਣ ਦੇ, ਚਾਹੇ ਵੱਡੇ ਜਾਨਵਰ ਹੋਣ ਚਾਹੇ ਛੋਟੇ ਜਾਨਵਰ ਹੋਣ, ਇਹਨਾਂ ਸਭ ਨੂੰ ਪਾਣੀ ਇੱਥੋਂ ਪਿਲਾਉਣ ਦੇ। ਅਤੇ ਅੱਗੇ ਹੁੰਦਾ ਸੀ ਇਸ ਥਾਂ 'ਤੇ ਇੱਕ ਛੱਪੜ ਹੁੰਦਾ ਸੀ ਜਿਹਦੇ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ, ਲੇਕਿਨ ਇਸ ਦਫ਼ਾ ਉਹਦੇ 'ਚ ਪਾਣੀ ਜਮ੍ਹਾਂ ਨਹੀਂ ਹੋਇਆ ਕਿਉਂਕਿ ਬਾਰਿਸ਼ਾਂ ਨਹੀਂ ਹੋ ਰਹੀਆਂ। ਸਭ ਦੋਸਤ ਯਾਰ ਮਿਲ ਕੇ ਦੁਆ ਕਰੋ ਅੱਲਾਹ ਤਾਲਾ ਦੀ ਜ਼ਾਤ ਪਾਕ ਰਹਿਮਤਾਂ ਲਈ ਔਰ ਕਰਮਾਂ ਲਈ ਬਾਰਿਸ਼ ਹੋ ਜਾਵੇ, ਤਾਂ ਕਿ ਜਾਨਵਰਾਂ ਵਾਸਤੇ ਵੀ ਆਸਾਨੀ ਹੋ ਜਾਵੇ। ਯਾਨੀ ਕਿ ਅੱਗੇ ਅੱਜ ਕੱਲ੍ਹ ਜਾਨਵਰ ਛੱਪੜਾਂ ਦੇ ਵਿੱਚ ਆਪਣਾ ਟਾਈਮ ਅੱਛਾ ਗੁਜ਼ਾਰ ਲੈਂਦੇ ਸੀ, ਲੇਕਿਨ ਇਸ ਦਫ਼ਾ ਬਾਰਿਸ਼ ਨਹੀਂ ਹੋਈ ਤਾਂ ਪਾਣੀ ਵੀ ਆਈ, ਯਾਨੀ ਕਿ ਛੋਟੇ ਛੋਟੇ ਬੱਚੇ ਨੇ ਪਿਲਾ ਰਹੇ ਨੇ। ਮਾਸ਼ਾਅੱਲਾ ਜੀ ਭਾਈ ਮੁਬੱਸ਼ਰ ਦਾ ਮਾਲ ਚੈੱਕ ਕਰੋ, ਸਰਦੀਆਂ ਦੇ ਵਿੱਚ ਇਹਨਾਂ ਕੋਲ ਮਾਲ ਥੋੜ੍ਹਾ ਆਇਆ ਜਦੋਂ ਅਸੀਂ ਇਹਨਾਂ ਦੀ ਪਹਿਲਾਂ ਵੀਡੀਓ ਬਣਾਈਏ, ਲੇਕਿਨ ਇਹਨਾਂ ਸਰਦੀਆਂ ਦੇ ਵਿੱਚ ਘੱਟ ਕੀਤਾ ਆ। ਹੁਣ ਮਾਸ਼ਾਅੱਲਾ ਇਹਨਾਂ ਦਾ ਮਾਲ ਤੁਸੀਂ ਦੇਖ ਸਕਦੇ ਹੋ, ਮਾਸ਼ਾਅੱਲਾ ਜੀ ਇਹ ਸਾਰਾ ਮਾਲ ਫਾਰ ਸੇਲ ਹੈ। ਅਤੇ ਤੁਸੀਂ ਭਾਈ ਮੁਬੱਸ਼ਰ ਦਾ ਮਾਲ ਦੇਖੋ ਦੇ ਅਤੇ ਰਾਜਨਪੁਰੀ ਭੁੱਲ ਜਾਓ ਦੇ, ਯਾਨੀ ਕਿ ਰਾਜਨਪੁਰੀ ਜਿੰਨਾ ਵੀ ਮਾਲ ਹੈ ਤੁਸੀਂ ਭੁੱਲ ਜਾਓ ਦੇ, ਇਸ ਕਦਰ ਹੈ ਪਿਆਰਾ ਮਾਲ ਹੈ। ਅਸਲਾਮ ਵਾਲੇਕੁਮ ਦੋਸਤੋ, ਚਾਲ ਚਾਲ ਇਹਨੂੰ ਮੀਨ ਕੇ ਲੈਣਾ ਸਾਰੇ ਖੈਰ ਖਰੀਅਤ ਨਾਲ ਦੋਸਤ। ਬਾਕੀ ਇਹਨਾਂ ਨੂੰ ਖੁਰਾਕ ਸ਼ਾਮੀ ਕੇ ਜਾ ਕੇ ਪਾਉਂਦੇ ਹੋ? ਨਹੀਂ ਸੁਬਹਾ ਦੱਸੋ, ਸੁਬਹਾ ਕੇ ਪਾਉਂਦੇ ਹੋ ਤੇ ਉਸ ਤੋਂ ਤਰਤੀਬ ਨਾਲ ਸਾਨੂੰ ਸ਼ਾਮਾਂ ਤੱਕ ਦੱਸੋ ਕੀ ਕਰਦੇ ਹੋ ਇਹਨਾਂ ਨੂੰ? ਸੁਬਹਾ ਨੂੰ ਜਨਾਬ ਮੱਕ ਪਾਉਂਦੇ ਹਾਂ, ਕਣਕ ਜਮਾਂ, ਠੀਕ ਹੋ ਜੀ। ਉਸ ਤੋਂ ਬਾਅਦ ਜਨਾਬ ਸ਼ਰਬਤ ਬੁਲਾਈ ਦਾ ਗੋੜ ਵਾਲਾ ਜੀ, ਠੀਕ ਹੈ। ਦਿਹਾੜੀ ਚੱਟ ਬਾਹਰ ਫੇਰੀ ਦੀਆਂ ਨੇ ਜੀ, ਫਿਰ ਕਿਉਂ ਫਿਰ ਮਤਲਬ ਡਾਕ ਸੜੀ ਦੀਆਂ ਨੇ, ਡਾਕ ਸੜੀ, ਠੀਕ ਹੈ। ਇਹਨਾਂ ਨੂੰ ਗਰਮੀ ਤੋਂ ਬਚਾਉਣ ਵਾਸਤੇ ਕਿ ਕੋਈ ਗਰਮੀ ਤੋਂ ਕੋਸ਼ਿਸ਼ ਇਹੀ ਕਰੀ ਦੀ ਕਿ ਸ਼ਰਬਤ ਵਗੈਰਾ ਬੁਲਾਈ ਦਾ, ਸਹੀ ਹੈ। ਔਰ ਟਾਈਮ ਨਾਲ ਖੋਲੋ ਚੱਟ, ਦਿਹਾੜੀ ਇਹਨਾਂ ਨੂੰ ਰੈਸਟ ਮਿਲੇ, ਜਾਂ ਚੱਟ ਫਿਰ ਤੁਰ ਰਹਿਣ ਪਿੱਛੇ ਜਿਨ੍ਹਾਂ ਦੇ। ਅੱਛਾ, ਜਿਹੜੀਆਂ ਬੱਕਰੀਆਂ ਕਮਜ਼ੋਰ ਹੋ ਜਾਂਦੀਆਂ ਨੇ ਜੀ ਜੀ, ਅਤੇ ਮਤਲਬ ਸੁਣਦੀਆਂ ਨੇ ਜਾਂ ਉਸ ਤੋਂ ਪਹਿਲੇ ਵੀ ਕੋਈ ਉਂਝ ਹੀ ਕਮਜ਼ੋਰ ਹੁੰਦੀਆਂ ਨੇ, ਅਤੇ ਕੈਲਸ਼ੀਅਮ ਦੀ ਕਮੀ ਤੋਂ ਕਮਜ਼ੋਰ ਹੁੰਦੀਆਂ ਨੇ, ਕਈ ਕਈ ਖੁਰਾਕ ਭੁੱਖ ਤੋਂ ਕਮਜ਼ੋਰ ਹੁੰਦੀਆਂ ਨੇ ਜੀ, ਅਤੇ ਕਈ ਜਾਨਵਰ ਜਿਹੜੇ ਨੇ ਉਂਝ ਖਾਣ ਪੀਣ ਤੋਂ ਕਮਜ਼ੋਰ ਹੋ ਜਾਂਦੇ ਨੇ, ਘੱਟ ਖਾਣ ਤਾਂ ਵੀ ਬਿਮਾਰ ਬਿਮੂਰ ਹੋ ਜਾਂਦੇ ਨੇ, ਬੁਖਾਰ ਵਗੈਰਾ ਹੋਵੇ ਤਾਂ ਵੀ ਘੱਟ ਖਾਂਦੇ ਨੇ, ਉਹਦੇ ਨਾਲ ਵੀ ਭਾਰੂ ਜਿਹੜਾ ਕਮਜ਼ੋਰ ਹੋ ਜਾਂਦਾ ਜਾਂ ਤੁੰਨ ਕੇ ਰੱਖੇ ਨੇ। ਸਰ ਜੀ ਬੱਕਰੀਆਂ ਨੂੰ ਬੁਲਾਓ ਨਾ ਆਪਣੀ ਆਵਾਜ਼। ਮਾਸ਼ਾਅੱਲਾ ਜੀ ਇਸ ਵਕਤ ਅਸੀਂ ਆ ਗਏ ਹਾਂ ਭਾਈ ਮੁਬੱਸ਼ਰ ਕੋਲ, ਔਰ ਇਹਨਾਂ ਦਾ ਮਾਲ ਚੈੱਕ ਕਰਨੇ ਹਾਂ ਜਿਹੜੇ ਕੁਰਬਾਨੀ ਵਾਲੇ ਲੇਲੇ ਨੇ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਇੱਕ ਲੇਲਾ ਫੜ ਕੇ ਸਾਨੂੰ ਅਲੱਦਾ ਅਲੱਦਾ ਉਹਦਾ ਰੇਟ ਦੱਸਣ, ਤਾਂ ਕਿ ਦੇਖਣ ਵਿੱਚ ਔਰ ਲੈਣ ਵਾਲਿਆਂ ਵਾਸਤੇ ਆਸਾਨੀ ਹੋ ਜਾਏ। ਭਾਈ ਮੁਬੱਸ਼ਰ ਆਪਣਾ ਨੰਬਰ ਵੀ ਐਂਡ 'ਤੇ ਜ਼ਰੂਰ ਮੈਨਸ਼ਨ ਕਰਨ ਦਿਓ, ਔਰ ਯਾਰ ਤੁਸੀਂ ਪੂਰੀ ਵੀਡੀਓ ਦੇਖਿਓ, ਔਰ ਜਿਹੜਾ ਤੁਹਾਨੂੰ ਬੱਕਰਾ ਪਸੰਦ ਆਇਆ ਇਨਸ਼ਾਅੱਲਾ ਉਹਦੇ ਵਿੱਚ ਕਮੀ ਪੇਸ਼ੀ ਵੀ ਹੋ ਜਾਏਗੀ, ਔਰ ਜਿਹੜਾ ਸਾਡੇ ਚੈਨਲ ਦੇ ਥਰੂ ਆਇਆ ਇਨਸ਼ਾਅੱਲਾ ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਅਸੀਂ ਕਰਵਾਉਂਦੇ ਵੀ। ਮਾਸ਼ਾਅੱਲਾ ਜੀ ਇਹ ਸਾਰਾ ਮਾਲ ਕੁਰਬਾਨੀ ਵਾਲਾ ਹੈ, ਜਿਸ ਬਾਈ ਨੂੰ ਕੁਰਬਾਨੀ ਵਾਲਾ ਮਾਲ ਚਾਹੀਦਾ ਹੈ ਉਹ ਬਾਈ ਮੁਬੱਸ਼ਰ ਦੇ ਨਾਲ ਰਾਬਤਾ ਕਰੇ।
ਸਾਲ ਆਰਾਮ ਨਾਲ ਘਰ ਇਹਨਾਂ ਨੂੰ ਕੁਛ ਪਾਉਂਦੇ ਹੋ ਵਧੇ ਕੇ ਪਾਉਂਦੇ ਘਰ ਇਹਨਾਂ ਨੇ ਰਾਤੀ ਬੋਲ ਛਟਾਈ ਦੀ ਹੁਣ ਬਣਾ